वाहेगुरु जी का खालसा वाहेगुरु जी की फतेह। स्वागत है तुहाडा प्री पंजाब चैनल विच। साल 1984 ये साल सिखा ते भारत दे लई एक काला साल सी, जदों आजाद भारत विच होण तक दा सब तो वड्डा कतलेआम दिल्ली विच होया सी। साल 1984 च दिल्ली दे ਇਹ ਕਤਲੇਆਮ ਨੇ ਸਿੱਖਾਂ ਨੂੰ ਉਹ ਜ਼ਖਮ ਦਿੱਤੇ ਜੋ ਕਦੇ ਵੀ ਭਰ ਨਹੀਂ ਸਕਦੇ, ਅਤੇ ਇਸ ਕਤਲੇਆਮ ਦਾ ਦਰਦ ਸਿੱਖਾਂ ਦੇ ਦਿਲਾਂ ਵਿੱਚ ਹਮੇਸ਼ਾ ਰਿਸਦਾ ਰਹੇਗਾ। ਇਸ ਕਤਲੇਆਮ ਦੀ ਕਾਂਗਰਸ ਸਰਕਾਰ ਜਿੱਥੇ ਸਿੱਧੀ ਸਿੱਧੀ ਦੋਸ਼ੀ ਹੈ, ਕਿਉਂਕਿ ਸਾਰਾ ਕੁਝ ਸਿਆਸੀ ਸ਼ਹਿ ਅਤੇ ਕਾਂਗਰਸ ਦੇ ਲਤਾਵਾਂ ਨੇ ਹੀ ਕੀਤਾ ਸੀ। ਦਿੱਲੀ ਦੇ ਸਿੱਖਾਂ ਨੂੰ ਗਲਾਂ ਵਿੱਚ ਟਾਇਰ ਪਾ ਕੇ ਅੱਗਾਂ ਲਾਈਆਂ ਗਈਆਂ, ਦੁਕਾਨਾਂ ਸਾੜੀਆਂ ਗਈਆਂ, 25,000 ਤੋਂ ਵੱਧ ਨਿਰਦੋਸ਼ ਸਿੱਖਾਂ ਦਾ ਕਤਲ ਹੋਇਆ। ਜੋ ਕੀਤਾ ਸੀ ਕਾਂਗਰਸ ਦੇ ਵੱਡੇ ਨੇਤਾ ਜਗਦੀਸ਼ ਟਾਈਟਲ, ਸੱਜਣ ਕੁਮਾਰ, ਕਮਲਨਾਥ, ਲਲਿਤ ਮਾਕੜ ਵਰਗਿਆਂ ਨੇ। ਪਰ ਅੱਜ ਅਸੀਂ ਚਰਚਾ ਕਰਾਂਗੇ ਬੀਜੇਪੀ ਅਤੇ ਆਰਐਸਐਸ ਦੇ ਦਿੱਲੀ ਸਿੱਖ ਕਤਲਿਆਂ ਵਿੱਚ ਨਿਭਾਏ ਗਏ ਅਹਿਮ ਰੋਲ ਬਾਰੇ। ਸਿੱਖਾਂ ਲਈ ਜਿੰਨੀ ਦੋਸ਼ੀ ਉਸ ਵਕਤ ਦੀ ਕਾਂਗਰਸ ਸਰਕਾਰ ਸੀ, ਉਨੇ ਹੀ ਦੋਸ਼ੀ ਉਸ ਵਕਤ ਦੇ ਬੀਜੇਪੀ ਅਤੇ ਆਰਐਸਐਸ ਦੇ ਲੀਡਰ ਵੀ ਸਨ, ਜਿਨ੍ਹਾਂ ਨੇ ਬਲਦੀ ਵਿੱਚ ਘਿਓ ਪਾਉਣ ਵਾਲਾ ਕੰਮ ਕੀਤਾ ਸੀ। ਆਰਐਸਐਸ ਅਤੇ ਬੀਜੇਪੀ ਦੇ ਦਿੱਲੀ ਸਿੱਖ ਕਤਲਿਆਂ ਵਿੱਚ ਨਿਭਾਏ ਗਏ ਅਹਿਮ ਰੋਲ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਵੇਗੀ। ਸੋ ਕਿਰਪਾ ਕਰਕੇ ਵੀਡੀਓ ਅਖੀਰ ਤੱਕ ਜ਼ਰੂਰ ਸੁਣਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਦੋਸਤੋ, ਅਸੀਂ ਥੋੜ੍ਹਾ ਜਿਹਾ ਪਿਛੋਕੜ ਵਿੱਚ ਜਾਂਦੇ ਹਾਂ। ਜਿਸ ਵੇਲੇ ਭਾਰਤ ਵਿੱਚ 1965 ਵਿੱਚ ਭਾਸ਼ਾ ਦੇ ਆਧਾਰ 'ਤੇ ਸੂਬਿਆਂ ਦੀ ਆਮ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ, ਤਾਂ ਉਸ ਵਕਤ ਪੰਜਾਬ ਦੇ ਲੋਕਾਂ ਨੇ ਵੀ ਆਪਣਾ ਵੱਖਰਾ ਪੰਜਾਬੀ ਸੂਬਾ ਲੈਣ ਦੀ ਆਵਾਜ਼ ਉਠਾਈ ਸੀ। ਵੱਖੋ ਵੱਖ ਆਜ਼ਾਦ ਸੂਬਿਆਂ ਦੀ ਮੰਗ ਇਕੱਲਾ ਪੰਜਾਬ ਨਹੀਂ ਸੀ ਕਰ ਰਿਹਾ, ਬਲਕਿ ਪੂਰੇ ਭਾਰਤ ਦੇ ਸੂਬਿਆਂ ਦੇ ਲੋਕ ਉਸ ਵਕਤ ਕਰ ਰਹੇ ਸਨ। ਪੰਜਾਬੀ ਸੂਬੇ ਲਈ ਮੋਰਚੇ ਲੱਗੇ, ਗ੍ਰਿਫਤਾਰੀਆਂ ਹੋਈਆਂ, ਪਰ ਪੰਜਾਬ ਦੇ ਬੀਜੇਪੀ ਅਤੇ ਆਰਐਸਐਸ ਦੇ ਲੀਡਰਾਂ ਨੇ ਪੰਜਾਬੀ ਸੂਬੇ ਦੇ ਹੱਕ ਵਿੱਚ ਖੜਨ ਦੀ ਬਜਾਏ ਇਸ ਨੂੰ ਧਰਮ ਦੀ ਲੜਾਈ, ਸੰਪਰਦਾਇਕ ਲੜਾਈ ਬਣਾਉਣ ਦੀ ਪੂਰੀ ਵਾਹ ਲਾਈ। ਲਾਲਾ ਜਗਤ ਨਾਰਾਇਣ ਅਤੇ ਹਰਬੰਸ ਲਾਲ ਖੰਨਾ ਵਰਗਿਆਂ ਨੇ, ਆਰਐਸਐਸ ਦੇ ਲੀਡਰਾਂ ਨੇ ਖੁੱਲ੍ਹੇਆਮ ਸਿੱਖ ਗੁਰਦੁਆਰਿਆਂ ਦੇ ਸਾਹਮਣੇ ਹੱਥਾਂ ਵਿੱਚ ਬੀੜੀਆਂ ਅਤੇ ਤੰਬਾਕੂ ਫੜ ਕੇ ਵੱਡੇ ਵੱਡੇ ਜਲੂਸ ਕੱਢੇ ਸਨ। ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਹਰੇਕ ਗੁਰਦੁਆਰੇ ਦੇ ਸਾਹਮਣੇ ਬੀੜੀਆਂ ਤੰਬਾਕੂ ਵੇਚਿਆ ਗਿਆ ਤਾਂ ਜੋ ਸਿੱਖਾਂ ਨੂੰ ਉਕਸਾਇਆ ਜਾ ਸਕੇ। 1978 ਵਿੱਚ ਵਾਪਰਿਆ ਨਿਰੰਕਾਰੀ ਕਾਂਡ ਵੀ ਆਰਐਸਐਸ ਦੀ ਇਸੇ ਸਾਜਿਸ਼ ਦਾ ਹੀ ਹਿੱਸਾ ਸੀ। ਇੱਕ ਸਾਫ਼ ਜਿਹੀ ਗੱਲ ਹੈ ਕਿ ਜਿੱਥੇ ਕੋਈ ਮੰਦਰ ਬਣਿਆ ਹੋਵੇ, ਉੱਥੇ ਨੇੜੇ ਤੇੜੇ ਕੋਈ ਮੀਟ ਦੀ ਦੁਕਾਨ ਵੀ ਨਹੀਂ ਹੁੰਦੀ। ਪਰ ਆਰਐਸਐਸ ਦੇ ਲੀਡਰਾਂ ਨੇ ਬਲਦੀ ਅੱਗ ਵਿੱਚ ਘਿਓ ਪਾਉਣ ਲਈ ਉਸ ਵੇਲੇ ਗੁਰਦੁਆਰਿਆਂ ਦੇ ਸਾਹਮਣੇ ਤੰਬਾਕੂ ਦੀਆਂ ਦੁਕਾਨਾਂ ਲਗਾਈਆਂ ਸਨ, ਅਤੇ ਬੜੀ ਸ਼ਾਨ ਦੇ ਨਾਲ ਇਹ ਨਾਅਰੇ ਦਿੱਤੇ ਸਨ ਕਿ ਬੀੜੀ ਸਿਗਰਟ ਪੀਵਾਂਗੇ, ਸ਼ਾਨ ਨਾਲ ਜੀਵਾਂਗੇ। ਸਿੱਖ ਉਸ ਵਕਤ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਵਾਉਣ ਦੀ ਮੰਗ ਕਰ ਰਹੇ ਸਨ, ਅਤੇ ਆਰਐਸਐਸ ਇਸ ਦਾ ਵਿਰੋਧ ਹੱਥਾਂ ਵਿੱਚ ਬੀੜੀਆਂ ਫੜ ਕੇ ਜਲੂਸ ਕੱਢ ਕੇ ਕਰ ਰਹੀ ਸੀ। ਉਹ ਤੁਸੀਂ ਆਪੇ ਹਿਸਾਬ ਲਾ ਲਓ ਕਿ ਸਿੱਖ ਕਿੰਨਾ ਕੁ ਚਿਰ ਸਬਰ ਰੱਖਦੇ। ਸਾਂਝੇ ਪੰਜਾਬ ਦੀਆਂ ਮੰਗਾਂ ਜਿਸ ਵਿੱਚ ਚਾਹੀਦਾ ਤਾਂ ਆਰਐਸਐਸ ਨੂੰ ਸਾਥ ਦੇਣਾ ਸੀ, ਪਰ ਆਰਐਸਐਸ ਨੇ ਇਸ ਦੇ ਉਲਟ ਇਸ ਨੂੰ ਹਿੰਦੂ ਸਿੱਖ ਦੀ ਲੜਾਈ ਬਣਾਇਆ। ਇਸ ਤੋਂ ਇਲਾਵਾ ਆਰਐਸਐਸ ਦੇ ਲੀਡਰ ਹਰਬੰਸ ਲਾਲ ਖੰਨਾ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਲੱਗੇ ਦਰਬਾਰ ਸਾਹਿਬ ਦੇ ਮਾਡਲ ਨੂੰ ਭਰੇ ਬਾਜ਼ਾਰ ਵਿੱਚ ਪੈਰਾਂ ਨਾਲ ਬੇਅਦਬੀ ਕਰਕੇ ਤੋੜਿਆ ਗਿਆ। ਸ਼੍ਰੀ ਗੁਰੂ ਰਾਮਦਾਸ ਜੀ ਦੀ ਤਸਵੀਰ ਦੀ ਵੀ ਬੇਅਦਬੀ ਕੀਤੀ ਗਈ ਸੀ। ਹੁਣ ਗੱਲ ਕਰਦੇ ਹਾਂ ਆਪਰੇਸ਼ਨ ਬਲੂ ਸਟਾਰ ਦੀ, ਜਿਸ ਬਾਰੇ ਤੁਸੀਂ ਇਹ ਤਾਂ ਤਕਰੀਬਨ ਸਾਰੇ ਜਾਣਦੇ ਹੀ ਹੋ ਕਿ ਇੰਦਰਾ ਗਾਂਧੀ ਦੇ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਸ਼੍ਰੀ ਦਰਬਾਰ ਸਾਹਿਬ ਉੱਪਰ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਕੇ ਢਹਿ ਢੇਰੀ ਕਰਵਾਇਆ ਸੀ। ਫੌਜ ਬੂਟਾਂ ਸਮੇਤ ਦਰਬਾਰ ਸਾਹਿਬ ਦੇ ਅੰਦਰ ਭੇਜੀ ਗਈ ਸੀ। ਪਰ ਤੁਸੀਂ ਸ਼ਾਇਦ ਇਹ ਨਾ ਜਾਣਦੇ ਹੋ ਕਿ ਦਰਬਾਰ ਸਾਹਿਬ ਦੇ ਅੰਦਰ ਫੌਜ ਭੇਜਣ ਦੇ ਵਿੱਚ ਹੱਥ ਵੀ ਬੀਜੇਪੀ ਅਤੇ ਆਰਐਸਐਸ ਦੇ ਲੀਡਰਾਂ ਦਾ ਹੀ ਸੀ। ਆਰਐਸਐਸ ਦੇ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਰੇਸ਼ਨ ਬਲੂ ਸਟਾਰ ਤੋਂ ਕੁਝ ਦਿਨ ਪਹਿਲਾਂ ਬਕਾਇਦਾ ਇੱਕ ਵੱਡੀ ਰੈਲੀ ਕੱਢੀ ਸੀ, ਜਿਸ ਵਿੱਚ ਉਹ ਪੰਜਾਬ ਵਿੱਚ ਫੌਜ ਭੇਜਣ ਦੀ ਮੰਗ ਕਰ ਰਿਹਾ ਸੀ। ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ ਵਿੱਚ ਇਹ ਖੁਦ ਸਵੀਕਾਰ ਵੀ ਕੀਤਾ ਹੈ ਕਿ ਦਰਬਾਰ ਸਾਹਿਬ ਦੇ ਅੰਦਰ ਫੌਜ ਭੇਜੀ ਜਾਵੇ। ਆਪਰੇਸ਼ਨ ਬਲੂ ਸਟਾਰ ਵਿੱਚ ਆਰਐਸਐਸ ਅਤੇ ਬੀਜੇਪੀ ਦੀ ਪੂਰੀ ਸਹਿਮਤੀ ਸੀ। ਇੱਥੇ ਹੀ ਬੱਸ ਨਹੀਂ, ਜਦੋਂ ਦਰਬਾਰ ਸਾਹਿਬ ਦੇ ਅੰਦਰ ਫੌਜੀ ਕਾਰਵਾਈ ਹੋਈ ਸੀ ਤਾਂ ਬਹੁਤ ਸਾਰੇ ਜਗ੍ਹਾ 'ਤੇ ਆਰਐਸਐਸ ਨੇ ਲੱਡੂ ਵੰਡੇ ਸਨ ਅਤੇ ਪਟਾਕੇ ਚਲਾ ਕੇ ਖੁਸ਼ੀ ਮਨਾਈ ਸੀ। ਇਸ ਤੋਂ ਥੋੜ੍ਹਾ ਅੱਗੇ ਆਉਂਦੇ ਹਾਂ ਤਾਂ ਆਰਐਸਐਸ ਦਾ ਇੱਕ ਵੱਡਾ ਲੀਡਰ ਹੋਇਆ ਹੈ, ਜਿਸਦਾ ਨਾਮ ਸੀ ਨਾਨਾ ਜੀ ਦੇਸ਼ਮੁਖ। ਨਾਨਾ ਜੀ ਦੇਸ਼ਮੁਖ ਕਿੱਡਾ ਵੱਡਾ ਬੀਜੇਪੀ ਦਾ ਲੀਡਰ ਸੀ, ਇਸਦਾ ਅੰਦਾਜ਼ਾ
ਤੁਸੀਂ ਇਸੇ ਗੱਲ ਤੋਂ ਲਗਾ ਸਕਦੇ ਹੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਨੂੰ ਭਾਰਤ ਰਤਨ ਦਾ ਅਵਾਰਡ ਦਿੱਤਾ ਸੀ। ਇਸੇ ਨਾਨਾਜੀ ਦੇਸ਼ਮੁਖ ਨੇ ਉਸ ਵੇਲੇ 1984 ਵਿੱਚ ਅਖਬਾਰ ਵਿੱਚ ਇੱਕ ਆਪਣਾ ਲੇਖ ਛਪਵਾਇਆ ਸੀ ਜਿਸ ਵਿੱਚ ਇਸਨੇ ਦਰਬਾਰ ਸਾਹਿਬ ਅੰਦਰ ਹੋਈ ਫੌਜੀ ਕਾਰਵਾਈ ਨੂੰ ਸਹੀ ਠਹਿਰਾਇਆ ਸੀ ਅਤੇ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਲਈ ਕਾਂਗਰਸ ਨੂੰ ਦੋਸ਼ ਮੁਕਤ ਕਰਕੇ ਸਿੱਖ ਨੇਤਾਵਾਂ ਦੀ ਹੀ ਗਲਤੀ ਦੱਸਿਆ ਸੀ। ਭਾਵ ਕਿ ਦਿੱਲੀ ਸਿੱਖ ਕਤਲੇਆਮ ਸਿੱਖਾਂ ਕਰਕੇ ਹੀ ਹੋਇਆ, ਇਹ ਕਹਿਣਾ ਸੀ ਨਾਨਾਜੀ ਦੇਸ਼ਮੁਖ ਦਾ। ਅਤੇ ਆਪਰੇਸ਼ਨ ਬਲੂ ਸਟਾਰ ਲਈ ਇੰਦਰਾ ਗਾਂਧੀ ਦੀ ਤਾਰੀਫ ਕੀਤੀ ਸੀ। ਇਸੇ ਨਾਨਾਜੀ ਦੇਸ਼ਮੁਖ ਨੇ ਆਪਣੇ ਲੇਖ ਵਿੱਚ ਕਿਹਾ ਸੀ ਕਿ ਜਿਸ ਤਰ੍ਹਾਂ ਸਿੱਖਾਂ ਦਾ ਨਰਸੰਹਾਰ ਹੋਇਆ ਹੈ ਉਹ ਇੱਕ ਸੱਚੀ ਭਾਵਨਾ ਸੀ। ਸਿੱਖਾਂ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ, ਦੋਸ਼ੀਆਂ ਨੂੰ ਉਸਨੇ ਸੱਚੀ ਭਾਵਨਾ ਦੱਸਿਆ ਸੀ। ਇੱਥੇ ਹੀ ਬੱਸ ਨੇ ਨਾਨਾ ਦੇਸ਼ਮੁਖ ਨੇ ਅੱਗੇ ਲਿਖਿਆ ਕਿ ਇੰਦਰਾ ਗਾਂਧੀ ਇੱਕ ਮਹਾਨ ਨੇਤਾ ਸੀ। ਐਸੇ ਮਹਾਨ ਨੇਤਾ ਦੀ ਮੌਤ 'ਤੇ ਸਿੱਖਾਂ ਦੇ ਹੋਏ ਇਸ ਕਤਲੇਆਮ ਨੂੰ ਟਾਲਿਆ ਨਹੀਂ ਜਾ ਸਕਦਾ ਸੀ। ਇੱਕ ਤੁਹਾਨੂੰ ਹੋਰ ਹੈਰਾਨ ਕਰ ਦੇਣ ਵਾਲਾ ਤੱਥ ਦੱਸ ਦਈਏ ਕਿ ਦਿੱਲੀ ਸਿੱਖ ਕਤਲੇਆਮ ਤੋਂ ਬਾਅਦ ਦਰਜ ਹੋਈਆਂ ਵੱਖ ਵੱਖ FIR ਵਿੱਚ ਕਰੀਬ 50 ਅਜਿਹੇ ਮੁਲਜ਼ਮ ਸਨ ਜਿਨ੍ਹਾਂ ਦਾ ਸਿੱਧਾ ਸਿੱਧਾ ਸੰਬੰਧ BJP ਅਤੇ RSS ਦੇ ਨਾਲ ਸੀ। ਪੂਰੀ ਦਿੱਲੀ ਸ਼ਹਿਰ ਦੇ ਜਿੱਥੇ ਵੀ ਜਿੰਨੇ ਥਾਣਿਆਂ ਵਿੱਚ ਦਿੱਲੀ ਸਿੱਖ ਕਤਲੇਆਮ ਦੇ ਪਰਚੇ ਦਰਜ ਕੀਤੇ ਗਏ, ਕਰੀਬ ਹਰੇਕ ਪਰਚੇ ਵਿੱਚ RSS ਦੇ ਮੈਂਬਰ ਸ਼ਾਮਲ ਸਨ ਜਿਨ੍ਹਾਂ ਵਿੱਚੋਂ ਕਿਸੇ 'ਤੇ ਵੀ ਕਾਰਵਾਈ ਤਾਂ ਕੀ ਹੋਣੀ ਸੀ, ਉਲਟਾ ਸਰਕਾਰ ਬਣਨ ਤੋਂ ਬਾਅਦ ਉਹਨਾਂ 'ਤੇ ਲੱਗੇ ਸਾਰੇ ਇਲਜ਼ਾਮ ਤੱਕ ਹਟਾ ਦਿੱਤੇ ਗਏ ਸਨ। 1991 ਵਿੱਚ ਜਦੋਂ ਉੱਤਰ ਪ੍ਰਦੇਸ਼ ਵਿੱਚ BJP ਦੇ ਕਲਿਆਣ ਸਿੰਘ ਦੀ ਸਰਕਾਰ ਬਣੀ ਤਾਂ ਉਸ ਵਕਤ ਪੀਲੀਭੀਤ ਵਿੱਚ 10 ਸਿੱਖਾਂ ਨੂੰ ਅੱਤਵਾਦੀ ਕਹਿ ਕੇ ਕਤਲ ਕਰ ਦਿੱਤਾ ਗਿਆ ਸੀ। ਗੁਜਰਾਤ ਵਿੱਚ ਵੀ ਸਰਕਾਰ ਬਣਨ ਤੋਂ ਬਾਅਦ ਪੰਜਾਬੀ ਸਿੱਖਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਸਨ ਜਿਨ੍ਹਾਂ ਦਾ ਕੇਸ ਵੀ ਸਰਕਾਰ ਹਾਈ ਕੋਰਟ ਵਿੱਚੋਂ ਹਾਰ ਗਈ ਸੀ। ਸੋ ਦੋਸਤੋ, ਇਹ ਸੀ RSS ਅਤੇ BJP ਦੀ ਪੂਰੀ ਹਿਸਟਰੀ। ਜਿਹੜੇ ਸਿੱਖ RSS ਨੂੰ ਆਪਣੀ ਹਤੈਸ਼ੀ ਮੰਨਦੇ ਹਨ ਉਹ ਜ਼ਰਾ ਇਹ ਵੀਡੀਓ ਕੰਨ ਖੋਲ੍ਹ ਕੇ ਸੁਣ ਲਓ। ਸੋ ਦੋਸਤੋ, ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਆਪਣੇ ਵਿਚਾਰ ਕਿਰਪਾ ਕਰਕੇ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਬਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।